एक नुक्ता आप जी दे नाल साझा करा। विचारा करन तो पहला वो बेनती कर दिया, जदों आपा बाणी पढ़दे हां ते गुरु अर्जुन देव जी दा एक शब्द है, वो जेड़ा शब्द है वो पहला सुन लो। महाराज सच्चे पातशाह जी ओहदे विच कृपा कीती गुरदेव पिता ने गुरु अर्जुन देव जी ने के उद्यम करत आनंद भया सिमरत सुख सार जप जप नाम को बिंद का पूरन विचार चरण कमल खुल के जपत हार जप हो जीवा पार ब्रह्म आदात ते मुख अमृत पीवा जी जंत सब सुखी दसै सब कै मन लोच। ते अगली पंक्ति है पर पकार नित चित नाम कच पोच। फिर उस तो बाद गुरदेव कृपा करदे ने धन सो धान बसंत धन जय जपिय नाम कथा कीर्तन हर अत कदा सुख सहज विश्राम। अंत विच बेनती उस प्यारे रब के मन ते कदे ना विसरै अनाथ को नाथ नानक प्राशर नागती जाकै सब हार। ये शब्द इहदे विच जिहड़ी पंक्ति है सुनियो सात संगत जी के जी जंत सुखी बसै सब कै मन लोच पर पकार नित चित्त ते नाहीं कछ पोच। इहदे विच महाराज कहिंदे ने कि जो व्यक्ति अपने हिरदे तो उस प्यारे परमात्मा दा नाम सिमरदा है ना उहदी बिरती सात संगत जी परोपकारी हो जांदी है। ਉਹ ਸਦਾ ਹੀ ਸਮਾਜ ਦਾ ਭਲਾ ਲੋਕਾਂ ਦਾ ਭਲਾ ਕੇਵਲ ਪਰਉਪਕਾਰ ਹੀ ਉਹਦੇ ਬਾਰੇ ਸੋਚਦੇ ਹਨ। ਤੇ ਪੋਚ ਜਿਹੜਾ ਸ਼ਬਦ ਇਹਦਾ ਅਰਥ ਹੁੰਦਾ ਹੈ ਵੀ ਮਾੜੇ ਵਿਸ਼ੇ ਵਿਕਾਰ ਮਾੜੇ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਉਹਨਾਂ ਦੇ ਹਿਰਦੇ ਤੇ ਮਨ ਤੇ ਨਹੀਂ ਪੈਂਦਾ। ਉਹ ਕੇਵਲ ਭਲੇ ਦੀ ਗੱਲ ਕਰਦੇ ਹਨ ਸਮਾਜ ਦੇ ਭਲੇ ਬਾਰੇ ਹੀ ਸੋਚਦੇ ਹਨ। ਇਹ ਪਰਉਪਕਾਰੀ ਬਿਰਤੀ ਦੇ ਉਹ ਲੋਕ ਹੁੰਦੇ ਨੇ ਜਿਹੜੇ ਪਿਆਰੇ ਪਰਮਾਤਮਾ ਨੂੰ ਉਹਦੇ ਚਰਨਾਂ ਨੂੰ ਗੁਰੂ ਦੀ ਸੰਗਤ ਨੂੰ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਧਾਰ ਕੇ ਰੱਬ ਦੀ ਭਗਤੀ ਕਰਦੇ ਹਨ। ਆਓ ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰਾਂ ਦੀ ਸਾਂਝ ਕਰੀਏ। ਵਿਚਾਰਾਂ ਕਰਨ ਤੋਂ ਪਹਿਲਾਂ ਗੁਰੂ ਫਤਿਹ ਬੁਲਾਓ ਹਾਜ਼ਰੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੱਲ ਚੇਤਾ ਰੱਖੋ ਕਿ ਜਿਹੜਾ ਵੀ ਮਹਾਂਪੁਰਖ ਸੰਸਾਰ ਦੇ ਉੱਤੇ ਆਉਂਦਾ ਹੈ ਨਾ ਉਹਦੇ ਆਉਣ ਦਾ ਜੋ ਪ੍ਰਯੋਜਨ ਹੈ ਮਕਸਦ ਹੈ ਉਹ ਕੇਵਲ ਪਰਉਪਕਾਰ ਹੀ ਹੈ। ਉਹ ਭਾਵੇਂ ਕਿਸੇ ਧਰਮ ਦਾ ਆਗੂ ਹੋਵੇ ਕੇਵਲ ਆਪਣੇ ਸਿੱਖ ਧਰਮ ਦੀ ਗੱਲ ਹੀ ਨਾ ਆਪਾਂ ਕਰੀਏ ਉਹ ਕਿਸੇ ਧਰਮ ਦਾ ਬਾਣੀ ਹੋਵੇ ਆਗੂ ਹੋਵੇ ਉਹਦੇ ਤੋਂ ਕੋਈ ਮਤਲਬ ਧਰਮ ਤੁਰੇ ਚੱਲੇ ਪਰ ਜਿਹੜਾ ਮਹਾਂਪੁਰਖ ਹੁੰਦਾ ਉਹਦੀ ਬਿਰਤੀ ਉਹਦੀ ਭਾਵਨਾ ਕੇਵਲ ਲੋਕਾਂ ਨੂੰ ਤਾਰਨ ਦੇ ਲਈ ਤੇ ਲੋਕਾਂ ਦੇ ਸਮਾਜ ਦੇ ਭਲੇ ਵਾਸਤੇ ਹੀ ਉਹ ਆਉਂਦੇ ਨੇ ਤੇ ਕਰਮ ਵੀ ਕਰਦੇ ਨੇ। ਜਿਵੇਂ ਆਪ ਜੀ ਪੰਕਤੀ ਪਾਠ ਦੇ ਪ੍ਰਚਲਿਤ ਹੈ ਉਹ ਜਿਹੜੀ ਪੰਕਤੀ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਵੀ ਜਨਮ ਮਰਨ ਰੂਪ ਮੈਂ ਡਾਈ ਨਾ ਤੇ ਉਹ ਜਨਮ ਵਿੱਚ ਆਉਂਦੇ ਨੇ ਤੇ ਨਾ ਮਰਨ ਦਾ ਮੌਤ ਦਾ ਕਾਲ ਦਾ ਭੈ ਉਹਨਾਂ ਉੱਤੇ ਕੋਈ ਹੈ। ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦੇ ਸਾਡੇ ਵਾਂਗੂ ਜੂਨਾਂ ਵਿੱਚ ਨਹੀਂ ਭਟਕਦੇ ਉਹ ਤੇ ਰੱਬ ਦੀਆਂ ਰੂਹਾਂ ਹੁੰਦੀਆਂ ਨੇ ਜੋ ਪਰਮਾਤਮਾ ਸਮੇਂ ਸਮੇਂ ਸਿਰ ਜਦੋਂ ਕੋਈ ਧਰਮ ਦਾ ਨੁਕਸਾਨ ਕਰਦਾ ਜ਼ੁਲਮ ਕਰਦਾ ਪਰਮਾਤਮਾ ਆਪਣਾ ਰੂਪ ਤਾਜ ਕੇ ਅਵਤਾਰ ਦੇ ਅੰਦਰ ਇਸ ਦੁਨੀਆਂ ਤੇ ਪਹੁੰਚ ਜਾਂਦਾ ਧਰਮ ਨੂੰ ਚਲਾਉਣ ਵਾਸਤੇ ਉਭਾਰਨ ਵਾਸਤੇ। ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦੇ ਜਨਮ ਮਰਨ ਜਨ ਪਰਉਪਕਾਰੀ ਹੈ। ਅਗਲਾ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਵੀ ਉਹ ਰੱਬ ਦੇ ਪਿਆਰੇ ਤੋਂ ਜਾਨਵਰ ਉਹ ਸਾਧ ਸੰਗਤ ਦੀ ਪਰਉਪਕਾਰ ਵਾਸਤੇ ਆਉਂਦੇ ਨੇ ਕਿ ਜੀ ਦਾਨ ਦੇ ਭਗਤੀ ਦਾਇਰ ਹਰਸੋ ਲੈ ਮਿਲਾਏ ਤੇ ਜਿਹੜਾ ਵਿਛੜਿਆ ਹੋਵੇ ਉਹਨੂੰ ਰੱਬ ਦੇ ਨਾਲ ਮਿਲਾਉਣਾ
ਤੇ ਲੋਕਾਂ ਨੂੰ ਭਗਤੀ ਦਾ ਦਾਨ ਬਖਸ਼ਣਾ ਹੀ ਉਹਨਾਂ ਦਾ ਕਰਮ ਹੁੰਦਾ ਹੈ, ਉਹਨਾਂ ਦਾ ਪ੍ਰਯੋਜਨ ਹੁੰਦਾ ਹੈ। ਉਹ ਪਰਉਪਕਾਰ ਵਾਸਤੇ ਆਉਂਦੇ ਨੇ। ਮਹਾਂਪੁਰਖ ਰੱਬ ਦੇ ਪਿਆਰੇ ਅਵਤਾਰ ਗੁਰੂ ਜਨ ਸੇਵਕ ਭਗਤ ਦਾਸ ਉਹ ਪਰਉਪਕਾਰੀ ਬੇਨਤੀ ਦੇ ਮਾਲਕ ਹੁੰਦੇ ਨੇ। ਇੱਕ ਬੇਨਤੀ ਕੇਵਲ ਮੈਂ ਆਪ ਜੀ ਨੂੰ ਕਰਦੇ ਹਾਂ। ਜਦੋਂ ਅਸੀਂ ਮਹਾਤਮਾ ਬੁੱਧ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਤੇ ਮਹਾਤਮਾ ਬੁੱਧ ਜੀ ਦਾ ਭਰਾ ਸੀ ਚਚੇਰਾ ਭਰਾ ਆਨੰਦ, ਤੇ ਚਚੇਰਾ ਭਰਾ ਸੀ ਤੇ ਉਹ ਮਹਾਤਮਾ ਬੁੱਧ ਜੀ ਦੇ ਜੀਵਨ ਤੋਂ ਉਹਨਾਂ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਨਾ ਉਹਨਾਂ ਦਾ ਸ਼ਿਸ਼ ਬਣ ਗਿਆ ਸੀ। ਇਹ ਚਚੇਰਾ ਭਰਾ ਸੀ ਆਨੰਦ ਸ਼ਿਸ਼ ਬਣ ਗਿਆ ਸੀ ਉਹ ਮਹਾਤਮਾ ਬੁੱਧ ਜੀ ਦਾ। ਛੋਟੀ ਜਿਹੀ ਘਟਨਾ ਹੈ। ਇੱਕ ਦਿਨ ਮਹਾਤਮਾ ਬੁੱਧ ਜੀ ਉਹਨਾਂ ਦਾ ਚਚੇਰਾ ਭਰਾ ਆਨੰਦ ਸ਼ਿਸ਼ ਉਹਨੂੰ ਨਾਲ ਲੈ ਕੇ ਮਹਾਤਮਾ ਬੁੱਧ ਜੀ ਨੇ ਇੱਕ ਪਿੰਡ ਤੋਂ ਦੂਜੇ ਪਿੰਡ ਤਿੱਕਰਾਂ ਸਫ਼ਰ ਕਰਨਾ ਸੀ। ਦੋ ਕੋਹ ਦਾ ਰਾਹ ਸੀ, ਚਾਰ ਮੀਲ ਦਾ ਰਸਤਾ ਬਣਦਾ। ਮਹਾਤਮਾ ਬੁੱਧ ਜੀ ਉਹਨਾਂ ਨੇ ਜਦੋਂ ਤੁਰੇ, ਅੱਤ ਦੀ ਗਰਮੀ ਸੀ, ਬਿਹਾਰ ਦਾ ਕੋਈ ਪਿੰਡ ਸੀ, ਬਿਹਾਰ ਦਾ ਕੋਈ ਇਲਾਕਾ ਸੀ, ਤੇ ਅੱਤ ਦੀ ਗਰਮੀ ਵਿੱਚ ਜਿਹੜਾ ਸ਼ਿਸ਼ ਸੀ ਉਹਨੇ ਜਿਹੜਾ ਹੱਥਾਂ ਵਿੱਚ ਕਮੰਡਲ ਫੜਿਆ ਸੀ ਉਹਨੂੰ ਪਾਣੀ ਨਾਲ ਭਰ ਲਿਆ ਵੀ ਰਸਤੇ ਵਿੱਚ ਪਿਆਸ ਲੱਗੇਗੀ, ਰਸਤਾ ਬੜਾ ਲੰਮਾ ਹੈ ਤੇ ਅੱਤ ਦੀ ਗਰਮੀ ਪਿਆਸ ਲੱਗੇਗੀ, ਜਦੋਂ ਪਿਆਸ ਲੱਗੇਗੀ ਮੈਂ ਆਪ ਵੀ ਪਾਣੀ ਪੀ ਸਕਦਾ ਹਾਂ ਤੇ ਮਹਾਤਮਾ ਬੁੱਧ ਜੀ ਜੇ ਮੰਗਣਗੇ ਮੈਂ ਉਹਨਾਂ ਨੂੰ ਵੀ ਦੇ ਦਿਆਂ। ਉਹਨੇ ਕਮੰਡਲ ਪਾਣੀ ਦਾ ਭਰ ਲਿਆ, ਕਮੰਡਲ ਪਾਣੀ ਦਾ ਭਰ ਕੇ ਤੁਰੇ। ਜਦੋਂ ਕੁਝ ਕੋਹ ਦੀ ਦੂਰੀ ਉੱਤੇ ਗਏ ਮਹਾਤਮਾ ਬੁੱਧ ਜੀ ਨੇ ਇਹ ਸ਼ਬਦ ਕਿਹਾ ਵੀ ਆਨੰਦ ਮੇਰੇ ਕੋਲ ਕਮੰਡਲ ਹੈ, ਇੰਜੈ ਹਾਂਜੀ ਹੈ, ਇਹਦੇ ਵਿੱਚ ਪਾਣੀ ਭਰਿਆ ਹੀ ਤਾਂ ਆਨੰਦ ਕਹਿੰਦਾ ਵੀ ਹਾਂ ਇਹਦੇ ਵਿੱਚ ਪਾਣੀ ਵੀ ਭਰਿਆ, ਮੈਂ ਇਹ ਸੋਚ ਕੇ ਵੀ ਪਿਆਸ ਲੱਗੇ ਕਿ ਮੈਂ ਇਹਨੂੰ ਪੀ ਲਾਂਗਾ, ਅਸੀਂ ਪੀ ਸਕਦੇ ਹਾਂ, ਕਿੱਥੋਂ ਪਾਣੀ ਪੀਵਾਂਗੇ, ਰਾਹ ਵਿੱਚ ਪ੍ਰਬੰਧ ਹੋਵੇ ਨਾ ਹੋਵੇ ਤੂੰ ਪਤਾ ਥੋੜ੍ਹਾ। ਮਹਾਤਮਾ ਬੁੱਧ ਜੀ ਨੇ ਕਿਹਾ ਵੀ ਆਨੰਦ ਕਮੰਡਲ ਦੇ ਪਾਣੀ ਦਾ। ਉਸ ਨੇ ਕਮੰਡਲ ਪੇਸ਼ ਕਰ ਦਿੱਤਾ ਵੀ ਸ਼ਾਇਦ ਇਹਨਾਂ ਨੂੰ ਪਿਆਸ ਲੱਗੀ, ਮਹਾਂਪੁਰਖਾਂ ਨੂੰ ਪਾਣੀ ਪੀਣਾ ਹੋਵੇਗਾ, ਤੇ ਮਹਾਤਮਾ ਬੁੱਧ ਜੀ ਨੇ ਕਮੰਡਲ ਪਾਣੀ ਦਾ ਲਿਆ ਆਨੰਦ ਦੇ ਹੱਥੋਂ, ਤੇ ਸਾਧ ਸੰਗਤ ਜੀ ਇੱਕ ਬੂਟਾ ਸੀ ਉਹਦੇ ਵਿੱਚ ਸਾਰਾ ਪਾਣੀ ਰੋੜ ਕੇ ਸਾਰਾ ਪਾਣੀ ਉਸ ਬੂਟੇ ਵਿੱਚ ਪਾ ਦਿੱਤਾ। ਜਦੋਂ ਉਸ ਬੂਟੇ ਵਿੱਚ ਪਾਣੀ ਪਾਇਆ ਤੇ ਆਨੰਦ ਕਹਿੰਦਾ ਵੀ ਇਹ ਮਹਾਤਮਾ ਜੀ ਇਹ ਤੁਸੀਂ ਕੀ ਕੀਤਾ, ਰਸਤੇ ਵਿੱਚ ਪਾਣੀ ਦਾ ਪ੍ਰਬੰਧ ਕੋਈ ਨਹੀਂ, ਮੈਂ ਨਾਲ ਲੈ ਕੇ ਤੁਰਿਆ ਸਾਂ ਤੇ ਤੁਸੀਂ ਇਹ ਪਾਣੀ ਇੱਥੇ ਰੋੜ ਦਿੱਤਾ, ਬੂਟੇ ਨੂੰ ਪਾ ਦਿੱਤਾ, ਜੇ ਸਾਨੂੰ ਪਿਆਸ ਲੱਗੀ ਫਿਰ ਕੀ ਆਪਾਂ ਕਰਾਂਗੇ। ਤਾਂ ਮਹਾਤਮਾ ਬੁੱਧ ਜੀ ਨੇ ਕਿਹਾ ਵੀ ਅਸੀਂ ਪਾਣੀ ਉਦੋਂ ਪੀਣਾ ਸੀ ਜਦੋਂ ਪਿਆਸ ਲੱਗਣੀ ਸੀ, ਪਰ ਇਹ ਬੂਟਾ ਤੇ ਪਿਆਸਾ ਮਰ ਰਿਹਾ ਸੀ, ਸਾਡੇ ਤੋਂ ਜ਼ਿਆਦਾ ਲੋੜ ਵੀ ਇਸ ਬੂਟੇ ਨੂੰ ਸੀ, ਇਹਦੀਆਂ ਜੜ੍ਹਾਂ ਵਿੱਚ ਪਾਣੀ ਪਾਉਣ ਦੀ ਲੋੜ ਸੀ, ਸਾਨੂੰ ਜਦੋਂ ਪਿਆਸ ਲੱਗੇਗੀ ਉਦੋਂ ਦੇਖਿਆ ਜਾਏਗਾ, ਇਹ ਤਾਂ ਇਹਨੂੰ ਲੋੜ ਸੀ, ਮੈਨੂੰ ਆਪਣੀ ਕੁਰਬਾਨੀ ਤੇ ਮੈਂ ਇਸ ਕਰਕੇ ਬੂਟੇ ਨੂੰ ਲੋੜ ਸੀ, ਮੈਂ ਇਹਦੀਆਂ ਜੜ੍ਹਾਂ ਵਿੱਚ ਪਾਣੀ ਪਾਇਆ। ਕਹਿਣ ਦਾ ਭਾਵ ਇਹ ਹੈ ਕਿ ਦੇਖੋ ਮਹਾਂਪੁਰਖ ਦੀ ਸੋਚ, ਉਹਦੀ ਬਿਰਤੀ ਸੰਤ ਦੀ ਕਿਹੋ ਜਿਹੀ ਹੁੰਦੀ ਹੈ। ਜਿਹੜਾ ਸੰਤ ਹੁੰਦਾ ਹੈ ਨਾ ਉਹ ਸਾਧ ਸੰਗਤ ਦੀ ਪਰਉਪਕਾਰੀ ਬਿਰਤੀ ਦਾ ਮਾਲਕ ਹੁੰਦਾ ਹੈ, ਉਹ ਜਦੋਂ ਲੋੜ ਪਵੇ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ, ਸਮਾਂ ਆਉਣ ਤੇ ਸਭ ਕੁਝ ਦਾਅ ਤੇ ਲਾ ਦਿੰਦਾ ਹੈ। ਜੇ ਪਰਉਪਕਾਰ ਦੀ ਗੱਲ ਕਰਦੇ ਹੋ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਡਾ ਪਰਉਪਕਾਰੀ ਇਸ ਦੁਨੀਆਂ ਤੇ ਕੋਈ ਨਹੀਂ, ਜਦੋਂ ਇਸ ਦੇਸ਼ ਕੌਮ ਨੂੰ ਜ਼ਰੂਰਤ ਪਈ ਪਿਆਰਿਓ ਦੁਨੀਆਂ ਤੇ ਵੇਖੋ ਕੋਈ ਕੱਪੜਾ ਦਾਨ ਦੇ ਸਕਦਾ, ਕੋਈ ਸੋਨਾ ਚਾਂਦੀ ਪੈਸਾ ਦਾਨ ਦੇ ਸਕਦਾ, ਕੋਈ ਆਪਣੇ ਘਰ ਦੀਆਂ ਇੱਟਾਂ, ਕੋਈ ਆਪਣੇ ਘਰ ਦੀ ਛੱਤ ਦਾਨ ਦੇ ਸਕਦਾ, ਪਰ ਐਸਾ ਕੋਈ ਨਹੀਂ ਵੀ ਜਿਹੜਾ ਸਮਾਂ ਪੈਣ ਤੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦਾਨ ਕੀਤੇ, ਇਸ ਦੇਸ਼ ਕੌਮ ਵਾਰ ਦਿੱਤੇ, ਇਹੋ ਜੀ ਪਰਉਪਕਾਰੀ ਬਿਰਤੀ ਹੁੰਦੀ ਹੈ।
महापुरखा दे अंदर ते कमाल दी गल है, सब तो वड्डी गल पता की है कि जेड़ा महापुरख होवे ना गुरु संत भगत रब दा प्यारा कोई शब्द आपां वरतीए दास दी आपां कह सकदे आ ਉਹ ਸੱਚ ਜਾਣੋ ਵੀ ਕਦੀ ਕਿਸੇ ਇੱਕ ਦਾ ਨਹੀਂ ਹੁੰਦਾ। ਇਹ ਬੇਨਤੀ ਮੇਰੀ ਜ਼ਰੂਰ ਸੁਣੋ, ਉਹ ਕਦੀ ਕਿਸੇ ਇੱਕ ਫਿਰਕੇ ਦਾ ਨਹੀਂ ਹੁੰਦਾ। ਜਿਹੜਾ ਇੱਕ ਫਿਰਕੇ ਦਾ ਹੋਵੇ ਉਹ ਸਾਧ ਸੰਗਤ ਦੀ ਫਿਰ ਸੱਚ ਦਾ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਇੱਕ ਫਿਰਕੇ ਦਾ ਹੋਵੇ ਉਹ ਫਿਰਕੂ ਪ੍ਰਸਤ ਹੋ ਸਕਦਾ ਹੈ। ਜਿਹੜਾ ਰੱਬ ਦਾ ਪਿਆਰਾ ਹੋਵੇ ਉਹ ਸਾਰਿਆਂ ਉੱਤੇ ਕਿਰਪਾ ਕਰਦਾ ਹੈ। ਬਦਲਾ ਜਦੋਂ ਬਰਸਦੀਆਂ ਨੇ, ਬਰਸਾਤ ਹੁੰਦੀ ਨਾ, ਬਰਸਾਤ ਕਿਸੇ ਗਰੀਬ ਦਾ ਤੇ ਅਮੀਰ ਦਾ ਘਰ ਨਹੀਂ ਦੇਖਦੀ, ਉਹਨੇ ਬਰਸਣਾ, ਉਹ ਭਾਵੇਂ ਕੋਈ ਥਾਂ ਹੋਵੇ ਕੋਈ ਧਰਮ ਹੋਵੇ। ਇਸੇ ਤਰ੍ਹਾਂ ਪਰਉਪਕਾਰੀ ਬਿਰਤੀ ਗੁਰੂ ਦੀ ਹੁੰਦੀ ਹੈ ਕਿ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਮਿਲਾ ਲੈਂਦਾ, ਜਿਵੇਂ ਸਾਗਰ ਹੈ ਨਾ, ਉਹਦੇ ਵਿੱਚ ਸਾਰੀਆਂ ਨਦੀਆਂ ਪ੍ਰਵੇਸ਼ ਕਰਦੀਆਂ ਨੇ। ਕੋਈ ਆਵੇ ਗੰਗਾ, ਜਮਨਾ, ਸਰਸਵਤੀ, ਗੋਦਾਵਰੀ, ਉਹ ਸਾਗਰ ਵਿੱਚ ਸਮਾ ਜਾਂਦੀ ਹੈ। ਉਸੇ ਤਰ੍ਹਾਂ ਗੁਰੂ ਉਹ ਸਾਗਰ ਹੈ ਜਿਹਦੇ ਵਿੱਚ ਦੁਖੀ ਆਵੇ, ਸੁਖੀ ਆਵੇ, ਪਾਪੀ ਆਵੇ, ਲੋਭੀ, ਕਾਮੀ, ਕ੍ਰੋਧੀ, ਚਾਤਰੀ ਆਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹ ਗੁਰੂ ਦੇ ਚਰਨਾਂ ਵਿੱਚ ਸਮਾ ਜਾਂਦਾ, ਕਿਉਂਕਿ ਗੁਰੂ ਸਭ ਦਾ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ, ਇੱਕ ਨੁਕਤਾ ਵੇਖੋ, ਬੜਾ ਕਮਾਲ ਦਾ ਹੈ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦਾ ਜੀਵਨ ਵੇਖੋ ਪੜ੍ਹ ਕੇ, ਤੇ ਜਿਹੜਾ ਸਾਧ ਸੰਗਤ ਜੀ ਰਾਏ ਬੁਲਾ ਰਹੇ ਨਾ, ਉਹ ਨਮਾਜ਼ ਪੜ੍ਹਦੇ ਮਸੀਤ ਵਿੱਚ ਜਾਂਦਾ, ਪਰ ਉਹ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ, ਉਹ ਵੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਪੀਰ ਕਰਕੇ ਮੰਨਦਾ, ਪੂਜਦਾ। ਤੇ ਜਿਹੜਾ ਇੱਥੋਂ ਤੱਕ ਕਹਿ ਦਿੰਦਾ, ਮੈਂ ਤਾਂ ਕਾਲੂ ਜੀ ਅੱਜ ਤੋਂ ਬਾਅਦ ਮੇਰੇ ਨਾਨਕ ਉੱਤੇ ਹੱਥ ਨਾ ਚੁੱਕੀ, ਮੈਂ ਆਪਣਾ ਸਾਰਾ ਸ਼ਹਿਦ ਇਹਦੇ ਚਰਨਾਂ ਤੋਂ ਸਦਕੇ ਕਰ ਦਿਆਂਗਾ, ਪਰ 20 ਰੁਪਈਆ ਬਦਲੇ ਮੇਰੇ ਨਾਨਕ ਤੇ ਹੱਥ ਨਹੀਂ ਚੁੱਕਾ। ਇਹਦਾ ਭਾਵ ਇਹ ਹੈ ਤਾਂ ਮੁਸਲਮਾਨ ਨਾ ਨਮਾਜ਼ ਪੜ੍ਹਦੇ ਰਹੇ ਬੁਲਾਰ, ਪਰ ਗੁਰੂ ਨਾਨਕ ਸਾਹਿਬ ਨੂੰ ਕਿੰਨਾ ਪਿਆਰ ਕਰਦਾ, ਸਿੱਖ ਹੈ ਪੂਜਦਾ ਹੈ। ਤੇ ਦੂਜੇ ਪਾਸੇ ਦੇਖੋ ਪੰਡਿਤ ਹਰਦਿਆਲ, ਉਹ ਜਿਹੜਾ ਸਨਾਤਨ ਹੈ, ਹਿੰਦੂ ਹੈ, ਜਨੇਊ ਪਾਉਂਦਾ, ਵੇਦ ਪੜ੍ਹਦਾ, ਗਾਇਤਰੀ ਮੰਤਰ ਪੜ੍ਹਦਾ, ਪਰ ਜਦੋਂ ਅਕੀਦੇ ਦੀ ਗੱਲ ਆਉਂਦੀ ਹੈ ਤੇ ਵੇਖੋ ਪੰਡਿਤ ਹਰਦਿਆਲ ਵੀ ਗੁਰੂ ਨਾਨਕ ਦਾ ਸਿੱਖ ਹੈ, ਕਿਉਂਕਿ ਗੁਰੂ ਕਿਸੇ ਇੱਕ ਦਾ ਥੋੜੇ, ਰਾਏ ਬੁਲਾਰ ਵੀ ਗੁਰੂ ਨਾਨਕ ਦਾ ਸਿੱਖ ਹੈ। ਤੇ ਜਿਹੜਾ ਪੰਡਿਤ ਹਰਦਿਆਲ ਰਾਏ ਬੁਲਾਰ ਦਾ ਧਰਮ ਹੋਰੇ, ਪੰਡਿਤ ਹਰਦਿਆਲ ਹੋਰੇ, ਦੋਨਾਂ ਦੇ ਧਰਮ ਵੱਖ ਵੱਖ ਨੇ, ਪਰ ਗੁਰੂ ਨਾਨਕ ਸਾਹਿਬ ਦੇ ਦੋਵੇਂ ਸਿੱਖ ਨੇ। ਇੱਕ ਗੁਰੂ ਕਹਿੰਦਾ, ਇੱਕ ਪੀਰ ਕਹਿੰਦਾ, ਕਿਉਂਕਿ ਜਿਹੜਾ ਮਹਾਂਪੁਰਖ ਹੋਵੇ ਪਰਉਪਕਾਰੀ ਤਾਂ ਹੀ ਹੋ ਸਕਦਾ ਨਾ ਜਦੋਂ ਸਾਰਿਆਂ ਦਾ ਇੱਕ ਸਮਾਨ ਹੋਵੇ। ਹੁਣ ਉਧਰ ਆ ਜਾਓ, ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੜ੍ਹਦੇ ਆ, ਇੱਥੇ ਜਿਹੜਾ ਭੀਖਣ ਸ਼ਾਹ ਹੈ ਉਹ ਨਮਾਜ਼ ਪੜ੍ਹਦਾ, ਪਰ ਉਹ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਿੱਖ ਹੈ, ਉਹ ਵੀ ਪੁਰਬ ਵਾਲੇ ਪਾਸੇ ਚੱਲ ਕੇ ਆਉਂਦਾ ਤੇ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕਰਦਾ। ਪੰਡਿਤ ਸ਼ਿਵਦੱਤ ਉਹ ਠਾਕੁਰ ਦੀ ਪੂਜਾ ਕਰਦਾ ਸੀ, ਰਾਮ ਦੀ ਪੂਜਾ ਕਰਦਾ ਸੀ, ਕ੍ਰਿਸ਼ਨ ਦੀ ਪੂਜਾ ਕਰਦਾ ਸੀ, ਪਰ ਵੇਖੋ ਮੇਰੇ ਸਤਿਗੁਰੂ ਦਾ ਵਿਹੜਾ ਕਿੰਨਾ ਖੁੱਲ੍ਹਾ। ਪੰਡਿਤ ਸ਼ਿਵਦੱਤ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ, ਭੀਖਣ ਸ਼ਾਹ ਵੀ ਸਿੱਖ ਹੈ, ਤੇ ਜਿਵੇਂ ਉੱਥੇ ਰਾਏ ਬੁਲਾਰ ਤੇ ਪੰਡਿਤ ਹਰਦਿਆਲ, ਇੱਧਰ ਭੀਖਣ ਸ਼ਾਹ ਵੀ ਸਿੱਖ, ਪੰਡਿਤ ਸ਼ਿਵਦੱਤ ਵੀ ਸਿੱਖ ਹੈ, ਕਿਉਂਕਿ ਜਿਹੜਾ ਗੁਰੂ ਹੈ ਉਹ ਸਾਧ ਸੰਗਤ ਜੀ, ਉਹ ਕੇਵਲ ਪਰਉਪਕਾਰੀ ਬਿਰਤੀ ਦਾ ਮਾਲਕ ਹੁੰਦਾ। ਜਦੋਂ ਲੋੜ ਪਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੇਸ਼ ਕੌਮ ਤੋਂ ਆਪਣਾ ਪਿਤਾ ਵੀ ਵਾਰਿਆ, ਜਦੋਂ ਲੋੜ ਪਈ ਇਸ ਦੇਸ਼ ਉੱਤੋਂ ਵੀ ਆਪਣੇ ਬੱਚਿਆਂ ਨੂੰ ਵੀ ਕੁਰਬਾਨ ਕੀਤਾ। ਆਪ ਜੀ ਨੂੰ ਪਤਾ ਹੈ, ਪਿਛਲੇ ਦਿਨੀ ਆਪਾਂ ਨੇ ਇਤਿਹਾਸ ਵਿਚਾਰਿਆ, ਚਮਕੌਰ ਦੀ ਗੜੀ ਵਿੱਚ ਦੋ ਸਾਹਿਬਜ਼ਾਦੇ ਸ਼ਹੀਦ ਹੋਏ, ਜੰਗ ਵਿੱਚ ਦੋ ਲੀਫਾਂ ਵਿੱਚ ਚਿਣੇ ਗਏ। ਜੇ ਸਤਿਗੁਰੂ ਚਾਹੁੰਦੇ ਆਪਣੇ ਪੁੱਤਰਾਂ ਨੂੰ ਬਚਾ ਸਕਦੇ ਸਨ ਕੁਰਬਾਨ ਹੋਣ ਤੋਂ, ਪਰ ਸਤਿਗੁਰੂ ਨੇ ਆਪਣੇ ਸਿੰਘਾਂ ਤੋਂ ਪਹਿਲਾਂ ਪੁੱਤਰ ਕੋਰੇ ਸਨ, ਕਿਉਂਕਿ ਮੈਨੂੰ ਬੇਨਤੀ ਕਰਦੇ ਆ। ਵੇਖੋ ਜਦੋਂ ਇੱਕ ਨੁਕਤੇ ਬਾਚਣ ਵਾਲੇ ਹੁੰਦੇ ਨੇ, ਵੈਸੇ ਅਸੀਂ ਕੀ ਕਰਦੇ ਹਾਂ ਵੀ ਉੱਤੋਂ ਬਾਚਦੇ ਹਾਂ,
देखो बाबा अजीत सिंह शहीद हो जो शहीद हो बाबा जुझार सिंह आए ते इथे एक गल दा ध्यान रखियो गुरु पातशाह जी ने अपने पुत्र नूं आवाज नहीं दित्ती वी तू आओ बाबा जुझार सिंह साहिबजादा आप आए ते आप ही आके बेनती कीती पिता जी मेरे तन उत्ते शस्त्र सजा दिओ जे सदान तत्व विच मेरा वीर जूझ के शहीद होए मैं भी उत्थे शहीद होना है तां गुरु ने कहा सी वी बेटा जे आपां तेनूं आवाज मार के सद दे ते साडी कौम दे विच कमजोरी आउणी सी अज तू आप आया इस कौम नूं ताकत मिलेगी जे तेनूं आवाज मार के साडे कौम विच कमजोरी आउणी सी अज तू आप आया ते जदों लोड़ पएगी तेरे वर्गे लखरा जुझार इस देश कौम तों सिर भेट करन नूं तैयार हो जाणगे असीं तेनूं आवाज नहीं दित्ती तू आप आया ਕਹਿੰਦਾ ਭਾਵ ਦੇਖਣਾ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਜਿੱਥੇ ਸਿੰਘ ਜੂਝੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਲ ਵੀ ਸ਼ਹੀਦ ਹੋਏ ਤੇ ਫਿਰ ਮੈਂ ਆਪ ਜੀ ਨੂੰ ਪਿਛਲੇ ਦਿਨੀ ਇਹ ਬੇਨਤੀਆਂ ਵੀ ਕੀਤੀਆਂ ਹਨ ਆਪਾਂ ਸਤਿਗੁਰੂ ਦਾ ਦੇਣ ਨਹੀਂ ਦੇ ਸਕਦੇ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਪੱਖ ਬਾਚ ਕੇ ਵੇਖੋ ਗੁਰੂ ਸਾਹਿਬ ਨੇ अपने जीवन विचों बड़ा कुछ दान किया जिवें एक उदाहरण है कि गुरु ना वेखो कोई गरीब ओहदे दर ते भुखा जे पर पुकार इना सोचदा है भी ये भुखा मेरे दर तों खाली क्यों जाए कहिंदे ने आनंदपुर दी धरती है ते उत्थे कवि दरबार लगा है बड़े बड़े वड्डे विद्वान कवि काव्य छंदा करन वाले ਉਹ ਸਾਰੇ ਇਕੱਤਰ ਹੋਏ ਸਟੇਜ ਲੱਗੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਬੈਠੇ ਨੇ ਉਹਨਾਂ ਕਵੀਆਂ ਦੀਆਂ ਕਵਿਤਾਵਾਂ ਹਜ਼ੂਰ ਸੁਣਦੇ ਨੇ ਜਦੋਂ ਕਵੀ ਦਰਬਾਰ ਲੱਗਾ ਨਾ ਇਹਨੇ ਨੂੰ ਸਾਧ ਸੰਗਤ ਜੀ ਕਵੀ ਆਉਂਦਾ ਉਹ ਜਿਹੜਾ ਕਵੀ ਹੈ ਉਹ ਦਰਬਾਰ ਵਿੱਚ ਆਉਂਦਾ ਆਨੰਦਪੁਰ ਸਾਹਿਬ ਦੀ ਘਟਨਾ ਦਰਬਾਰ ਵਿੱਚ ਜਦੋਂ ਆਉਂਦਾ ਹੈ ਤੇ ਉਹ ਜਿਹੜਾ ਸਟੇਜ ਸੰਭਾਲਦਾ ਸੀ ਸਕੱਤਰ ਉਹਨੂੰ ਆ ਕੇ ਕਹਿੰਦਾ ਹੈ ਵੀ ਮੈਂ ਕਵਿਤਾ ਸੁਣਾਉਣੀ ਹੈ ਮੈਂ ਕਾਵਿ ਛੰਦੀ ਕਰਨਾ ਤੇ ਮੈਨੂੰ ਵੀ ਕਿਰਪਾ ਕਰੋ ਸਮਾਂ ਦਿਓ ਮੇਰਾ ਵੀ ਜੀ ਕਰਦਾ ਮੈਂ ਇੱਥੇ ਕਵਿਤਾਵਾਂ ਸੁਣਾਵਾਂ ਤੇ ਜਦ ਉਹਦੇ ਵੱਲ ਦੇਖਿਆ ਨਾ ਤੇ ਉਹਦੇ ਪਾਟੇ ਕੱਪੜੇ ਸਾਰੇ ਉਹਦੇ ਅਰਕ ਤੋਂ ਉਹਦੇ ਮੋਢਿਆਂ ਤੋਂ ਕੋਡਿਆਂ ਤੋਂ ਪਾਟੇ ਕੱਪੜੇ ਅੱਤ ਦਾ ਗਰੀਬ ਦੀਨਹੀਨ ਉਹ ਕਹਿੰਦਾ ਵੀ ਮੈਨੂੰ ਮੌਕਾ ਦਿਓ ਜੀ ਮੈਂ ਕਵਿਤਾ ਸੁਣਾਉਣੀ ਹੈ ਮੈਂ ਵੀ ਇੱਥੇ ਆਇਆ ਉਹ ਜਿਹੜਾ ਸਕੱਤਰ ਸੀ ਸਟੇਜ ਸੰਭਾਲਦਾ ਸੀ ਉਹ ਸਤਿਗੁਰੂ ਜੀ ਦੇ ਪਾਸ ਕਿਆ ਕਹਿਣ ਪਾਤਸ਼ਾਹ ਜੀ ਵੀ ਉਹ ਕਵੀ ਸਾਹਮਣੇ ਖਲੋਤਾ ਉਹਦੇ ਪਾਟੇ ਪੁਰਾਣੇ ਕੱਪੜੇ ਨੇ ਤੇ ਬੜਾ ਗਰੀਬ ਦੀਨਹੀਨ ਹੈ ਤੇ ਉਹ ਆਪਣੀ ਕਵਿਤਾ ਸੁਣਾਉਣਾ ਚਾਹੁੰਦਾ ਹੈ ਪਾਤਸ਼ਾਹ ਜੀ ਤੁਸੀਂ ਦੱਸੋ ਕਿਵੇਂ ਕਰੀਏ ਵੀ ਸਮਾਂ ਤੇ ਬੰਨਿਆ ਸਾਰੇ ਕਵੀ ਪਹੁੰਚੇ ਹੋਏ ਨੇ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਜੇ ਉਹ ਆਇਆ ਉਹਦੀ ਭਾਵਨਾ ਹੈ ਇੱਕ ਕੰਮ ਕਰੋ ਜਿੰਨਾ ਸਮਾਂ ਬੰਨਿਆ ਨਾ ਉਸ ਸਮੇਂ ਤੋਂ ਬਾਅਦ ਇਸ ਕਵੀ ਨੂੰ ਜ਼ਰੂਰ ਟਾਈਮ ਦਿਓ ਇਹਨੂੰ ਸਮਾਂ ਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦਾ ਨਾਮ ਗੁਰੂ ਸਾਹਿਬ ਨੇ ਹਾਂ ਕਰ ਦਿੱਤੀ ਉਹਦਾ ਨਾਂ ਸੀ ਕਵੀ ਹੀਰ ਹੀਰੋ ਦਾ ਨਾਂ ਸੀ ਉਹ ਜਦੋਂ ਸਾਧ ਸੰਗਤ ਜੀ ਉਹਦਾ ਸਮਾਂ ਆਇਆ ਉਹਨੂੰ ਆਵਾਜ਼ ਦਿੱਤੀ ਗਈ ਵੀ ਤੂੰ ਆ ਸਟੇਜ ਉੱਤੇ ਜੋ ਸੁਣਾਉਣਾ ਹੈ ਜੋ ਤੇਰੀ ਕਵਿਤਾ ਹੈ ਉਹ ਕਵਿਤਾ ਸੁਣਾਉਣ ਦੀ ਬਜਾਏ ਜਿੱਥੇ ਅਸ ਲੱਗਾ ਸੀ ਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਰਦੇਵ ਪਿਤਾ ਦਾ ਉਸ ਆਸਣ ਦੇ ਸਾਹਮਣੇ ਜਾ ਕੇ ਉਹ ਥਾਪੜੇ ਮਾਰੇ ਲਲਕਾਰੇ ਮਾਰੇ ਜਿਵੇਂ ਪਹਿਲਵਾਨ ਤੰਤੇ ਵਿੱਚ ਅਖਾੜੇ ਵਿੱਚ ਉਹ ਥਾਪੜੇ ਮਾਰਦਾ ਲਲਕਾਰਦਾ ਘੁੰਮਦਾ ਫੇਰੀਆਂ ਪਾਉਂਦਾ ਇਸੇ ਤਰ੍ਹਾਂ ਫੇਰੀਆਂ ਪਾ ਲੱਗਾ ਇੰਝ ਲੱਗਾ ਵੀ ਜਿਵੇਂ ਕੋਈ ਭਲਵਾਨ ਹੈ ਤੇ ਜਿਹੜੀ ਸੰਗਤ ਤੇ ਜਿਹੜੇ ਕਵੀ ਨੇ ਉਹ ਦੇਖਦੇ ਨੇ ਵੀ ਇਹ ਥਾਪੜੇ ਮਾਰਦੇ ਹੈ ਗੁਰੂ ਸਾਹਿਬ ਜੀ ਦੇ ਸਾਹਮਣੇ ਲੜਕਾਰੇ ਮਾਰਦਾ ਪਿਆ ਫੇਰੀਆਂ ਪਾਉਂਦਾ ਪਿਆ ਭਲਵਾਨਾਂ ਦੀ ਤਰ੍ਹਾਂ ਵੀ ਇਹਦਾ ਸਰੀਰ ਤੇ ਉਹ ਅਧਿਐਨ ਇਹ ਕੁਛ ਕੀ ਕਰਦਾ ਹੋਵੇਗਾ ਵੀ ਇਹ ਕਿਉਂ ਕਰਦਾ ਪਿਆ ਤਾਂ ਉਦੋਂ ਸੰਗਤ ਨੇ ਸਿੱਖ ਨੇ ਕਿਸੇ ਨੇ ਕਿਹਾ ਵੀ ਤੂੰ ਕੀ ਕਰਨਾ ਪਿਆ ਆਇਆ ਤੂੰ ਕਵਿਤਾ ਸੁਣਾਉਣ ਪਰ ਇੱਥੇ ਬੜਾ ਤੂੰ ਥਾਪੜੇ ਲਲਕਾਰੇ ਮਾਰਨਾ ਪਿਆ ਭਲਵਾਨਾਂ ਦੀ ਤਰ੍ਹਾਂ ਉਹ ਕਹਿੰਦਾ ਵੀ ਭਾਈ
मैं तुहानू एक गल दसना भी परमात्मा ने मेनू दात दिती सी काम छंदा दी। मैं कविता रच लैना पर साथ वे गरीबी ने मेरी बस करा दी है। गरीबी मेरे घरों नहीं जाती पई, एक टाइम की रोटी नहीं पकती चाय पीना। तो कह लगे की कर रहे हैं वो कह रहे वो कह लगा भी मैं अज अपनी गरीबी नू ललकारना पिया भी तू मेरे पिछे हाथ धो के बहिए अज तो बाद चली जा। ते जे तू ना गई भी गरीबी नू कह रहा जे तू ना गई तब मेरे गुरु गोबिंद सिंह ने दान दे एवो जे तीर मारने ने के आज गरीबी सदा नहीं मेरे घर विचों मुक जाएगी। ओदा कहण दा भाव इस की भी पातशाह जी मैं कवि हाँ पर अत दा गरीब हाँ। ते उथे उहने शब्द क्या सी ओ कहिंदा सी के दारिद के भूत मरनो बणियो है आज। हे भाई भी ओ कहिंदा भी अज मेरा मरना हो गया अज गरीबी मेरी सदा लई मुक जाएगी खत्म हो जाएगी। फिर अगले शब्द को कहिंदा है भी जे तू ना गई के वो जो कभी हीर सियो। फिर अगली ओ गल कहिंदा है भी नतर गोविंद के बिलक बिलात है। कह लगे भी टूक टूक गाढ़े दानन के तीर सियो भी एहो जे मेरे गुरु ने दान दे तीर मारने ने अज गरीबी मुक जाएगी। मैं अपनी गरीबी नू ललकार रहा भी तू अज आ मैं अज तेन देखांगा। मैं अज गुरु की शरण विच आया सतगुरु पातशाह जूठे सिंघासन तो मैं बेनती कर रहा कि पर पुकार इना तू रब का प्यारा करदा। गुरु साहब ने अपने खजानकी नू सद के कहा भी ये गुरु नानक दे घर ते भरोसा करके आया है भी मेरी गरीबी कट्टी जाएगी। तुसी एक काम कर दियो जिन्ना एदा भार इना सोना तोड़ के नू दे। कभी हीर नू पातशाह जी ने ओदी गरीबी सदा वास्ते कर दित्ती। अज लोड़ है साहब सिंह जी कोई कौम दा प्रचार होवे रागी होवे कीर्तनिया होवे ताड़ी होवे किन्ना माण गुरु करदा सी भी उन्हां कवियां दा उन्हां दी विद्वता दा उन्हां दी पढ़ाई दा। प्यारियो अज लोड़ है बचण दी। महाराज कह लगे भी भले काम करो इहनू तोड़ दिओ सोने नाल ये साडे घर विचों भुखा नहीं जाणा सी। केवल उदाहरण है भी प्यारियो जे किसे दी भुख देखी ता गुरु पातशाह जी ने ओदी गरीबी नू ओदी भुख नू ओदे अंदर दी तपश नू खत्म कीता। ते जदो लोड़ पई इस देश कौम नू खून दी ता गुरु ने अपने पुत्रां दा खून भी दिता। ते परपकारी दा बिरती कोई एड्डी वड्डी परपकारी बिरती नहीं हो सकदी दुनिया ते जे ओदी मेरे गुरु कलगी तरदी सी। ता करके ते ओ अमरजीत गुरदासपुरिया कहिंदा ओदे सोंग ओने गीत लिखिया पिछले दिनी आप जी नाल सांझा भी कीता सी। ओ कहिंदा भलिओ जे चले हो सरहंद। मैं पहला चमकौर दी गल करदा कह कभी जे चले हो चमकौर ओथे सुते ने दो पोहर। समझ रहे हो ना भी जे चले हो चमकौर ओथे सुते ने दो पोहर। फिर अगली गल कहिंदा भी चुम्मी करके उन गोर उन प्यार दे नाल ओथे जाके नमस्कार करी। जे चले हो चमकौर ओथे सुते ने दो पोहर चुम्मी करके गौर। फिर अगला वचन सी भी तेरी जिंदड़ी जाओ की सौर। जिद अगली गल कहिंदा आजा सुंगा पाइए कलगी धर दियां बातां जिन्ने दे पुत्रां दियां दातां देश विचों कढ़ियां नेरियां रातां महंगे मुल लईआं प्रभात। महंगे मुल सतगुरु ने अचानक खरीदिया प्रभात लई। फिर ओह कहिंदा है जे चले ओ सरहंद ओथे लेटे ने दो चंद ਗੁਰੂਕਾ ਕੀ ਤਾਰਦੇ ਪ੍ਰਚੰਦ ਦਰਸ਼ਨ ਪਾ ਕੇ ਹੋਈ ਆਨੰਦ। ਸਿੰਘਾ ਬਾਈਏ ਕਲਗੀ ਤਰਦੀਆਂ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਵਿੱਚੋਂ ਕੱਢੀਆਂ ਨੇੜੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਜਿਸ ਗੁਰੂ ਨੇ ਆਪਣਾ ਦੇਸ਼ ਵਾਸਤੇ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਤੁਸੀਂ ਦੇਖੋ ਵੀ ਉਹ ਗੁਰੂ ਕਿੰਨਾ ਕੁ ਪਰਉਪਕਾਰੀ ਹੋਵੇਗਾ। ਪਿਆਰਿਓ ਮੈਂ ਬੇਨਤੀ ਕਰ ਰਿਹਾ ਸਾਂ ਵੀ ਪਰਉਪਕਾਰ ਨਿਤ ਚਿਤਵਤ
ना ही कछ बोझ ਉਹ ਕਦੀ ਕਿਸੇ ਦਾ ਮਾੜਾ ਨਹੀਂ ਸੋਚਦੇ ਉਹ ਕੇਵਲ ਸਮਾਜ ਦੇ ਭਲੇ ਵਾਸਤੇ ਸਭ ਕੁਝ ਕਰਦੇ ਹਨ ਸੋ ਕਹਿਣ ਦਾ ਭਾਵ ਇਹ ਹੈ ਇਹੋ ਜਿਹੇ ਪਰਉਪਕਾਰੀ ਗੁਰਾਂ ਦੇ ਇਤਿਹਾਸ ਨਦਰਬੀ ਪਿਆਰਿਆਂ ਦਾ ਇਤਿਹਾਸ ਸਦਾ ਚੇਤੇ ਰੱਖੀਏ ਉਹਨਾਂ ਦਾ ਇਤਿਹਾਸ ਜਿਆਂ ਨਾ ਭੁੱਲ ਗਏ ਤਾਂ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਇਸ ਕੌਮ ਦਾ ਹੈ ਇਹਦੇ ਵਿੱਚ ਮੈਂ ਬੇਨਤੀ ਕਰਾਂ ਕਿ ਪਿਆਰਿਓ ਯਤਨ ਕਰਿਆ ਕਰੋ ਮੈਂ ਫਿਰ ਆਪ ਜੀ ਨੂੰ ਕਹਿ ਦਿਆ ਸਾਡੇ ਉੱਤੇ ਡਿਪੈਂਡ ਨਾ ਕਰਿਆ ਆਪਣੇ ਆਪ ਹੀ ਤੁਸੀਂ ਇਹਦੇ ਪ੍ਰਤੀ ਚਾਅ ਗੁਰਸਿੱਖੀ ਦੇ ਪ੍ਰਤੀ ਜੋ ਪ੍ਰੇਮ ਹੈ ਉਹ ਤੁਸੀਂ ਤੁਹਾਡਾ ਆਪਣੇ ਆਪ ਹੀ ਪੈਦਾ ਕਰਨਾ ਪੈਂਦਾ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਮੇਰਾ ਮਨ ਜੋ ਕੁਝ ਕਰਨਾ ਸੀ ਆਪ ਕਰਨਾ ਅਸੀਂ ਕਿਵੇਂ ਇਤਿਹਾਸ ਸੁਣਾ ਸਕਦੇ ਹਾਂ ਤੁਸੀਂ ਸਾਡੇ ਲਈ ਅਰਦਾਸ ਕਰੋ ਅਸੀਂ ਤੁਹਾਡੇ ਲਈ ਕਰਾਂਗੇ ਤਾਂ ਕਿ ਅੱਜ ਤੱਕ ਗੁਰੂ ਦੇ ਰਲ ਲੱਗੇ ਰਹੇ ਮੈਂ ਬੇਨਤੀ ਸਵੇਰੇ ਵੀ ਕੀਤੀ ਸੀ ਕਿ ਇਸ ਤੋਂ ਵੱਡੀ ਕੋਈ ਦੌਲਤ ਨਹੀਂ ਜੇ ਆਪਾਂ ਗੁਰੂ ਕਰਮੀ ਧਰ ਪਾਤਸ਼ਾਹ ਜੀ ਦੇ ਕਰ ਜਨਮ ਲਿਆ ਇਸ ਤੋਂ ਵੱਡੀ ਕੋਈ ਅਮੀਰ ਹੀ ਹੈ ਹੀ ਇਸ ਤੋਂ ਵੱਡੇ ਭਾਗ ਵੀ ਕੋਈ ਨਹੀਂ ਗੁਰੂ ਕਿਰਪਾ ਕਰੇ ਮਿਹਰ ਕਰੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਭੁੱਲਾ ਚੁੱਕਾ ਦੇਖਾਂ ਆਪ ਸੰਗਤ ਅਸੀਸ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ